ਹਸਪਤਾਲ ਚ ਭਰਤੀ ਕਰਾ ਕੇ ਮੁੜ ਕੇ ਦੇਖਣ ਵੀ ਨਹੀਂ ਆਉਂਦੇ, ਇਹ ਦੱਸ ਦਿਓ ਜੇ ਤੂੰ ਪ੍ਰਾਣ ਨਿਕਲ ਗਏ ਤਾਂ ਲੈ ਜਾਵਾਂਗੇ, ਜਿਹਾ ਜਿਹਾ ਬੰਦੇ ਛੱਡ ਦਿੰਦਾ ਕੋਲ, ਸੇਵਾ ਵੀ ਨਹੀਂ ਹੁੰਦੀ। ਇਸ ਕਰਕੇ ਪਰਮੇਸ਼ਰ ਦਾ ਭਜਨ ਕਰੋ, ਨਾਮ ਜਪੋ, ਇਹ ਨਾਮ ਜਪੋਗੇ ਨਾ ਤੁਹਾਨੂੰ ਪਰਮੇਸ਼ਰ ਕੋਈ ਨਾ ਕੋਈ ਉਪਰਾਲਾ ਕਰ ਦੇਗਾ, ਤੁਹਾਨੂੰ ਸੰਭਾਲਣਾ ਕਿਸੇ ਮਨ ਵਿੱਚ ਗੱਲ ਆ ਜਾਏਗੀ, ਹੋਰ ਇਹ ਸੇਵਾ ਕਰ ਦੇਵੇਗਾ। ਪਰ ਜੇ ਤੁਸੀਂ ਪਰਮੇਸ਼ਰ ਦਾ ਭਜਨ ਕਰੋਗੇ, ਨਾਮ ਜਪੋਗੇ ਤੇ ਮਾਲਾ ਤੋਂ ਪੁੱਜਣਾ ਬਣਾ ਦੇਗਾ। ਇਸ ਕਰਕੇ ਗੁਰੂ ਕੋ ਨਾਮ ਹੀ ਸੱਤ ਹੈ, ਭਜਨ ਤੋਂ ਬਗੈਰ ਕੋਈ ਚੀਜ਼ ਮਦਦ ਨਹੀਂ ਕਰਦੀ। ਇਸ ਲਈ ਭਜਨ ਕਰਿਆ ਕਰੋ, ਨਾਮ ਜਪਿਆ ਕਰੋ। ਹਾਜੀ ਜਿਨ੍ਹਾਂ ਦੇ ਹਿਰਦੇ ਵਸਿਆ, ਕਿਉਂ ਕਰੀਏ ਦਲਗੀਰੀ, ਰਾਮ ਨਾਮ ਦਾ ਸਿਮਰਨ ਕਰਨਾ ਕੱਟੀ ਜਾਊ ਜਿਆਸੀ ਦੇਵੀ, ਭਜਨ ਬੰਦਗੀ ਸੇਵਾ ਸਮਾਈ, ਇਹ ਜਵਾਬ ਵਿੱਚ ਹੋਵੇ ਸੀਰੀ, ਇਹ ਤੁਹਾਨੂੰ ਕੋਈ ਤੁਲਨਾ ਸਕਦੀ ਨਾ ਅਜਮਤ ਨਾ ਕੀਰੀ। ਜਵਾਨ ਸੀਰੀ ਵੀ ਤੇਰੇ ਆਏਗੀ, ਉਠਾਸ ਵੀ ਤੇਰੇ ਆਏਗਾ, ਇਹਦੀ ਮਾਲਕੀ ਭਗਤੀ ਕਰੋਗੇ, ਨਾਮ ਜਪੋਗੇ, ਇਹਦੇ ਬਰਾਬਰ ਕੋਈ ਤੁਰ ਨਹੀਂ ਸਕਦਾ, ਕੋਈ ਬਰਾਬਰੀ ਨਹੀਂ ਕਰ ਸਕਦਾ। ਇਸ ਕਰਕੇ ਮਤਲਬ ਪਰਮੇਸ਼ਰ ਦਾ ਭਜਨ ਉਹ ਜ਼ਰੂਰੀ ਹੈ, ਉਹਦਾ ਮਤਲਬ ਸਭ ਤੋਂ ਉੱਚਾ ਸਭ ਤੋਂ ਸੱਚਾ ਮਤਲਬ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦੀ ਬੰਦਗੀ ਕਰੋ, ਉਹਦਾ ਭਜਨ ਕਰੋ, ਉਹਦਾ ਸਿਮਰਨ ਕਰੋ ਗੁਰੂ ਪਿਆਰਿਓ। ਤੇ ਪਹਿਲੇ ਮੈਂ ਤੁਹਾਨੂੰ ਅੱਜ ਮਹੀਨਾ ਬਾਅਦ ਹੈ ਉਹ ਸੁਣਾਵਾਂ, ਬਾਰਾਂ ਮਾਹ ਦੇ ਵਿੱਚ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਤਾਰ ਸਤ ਸੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਜਿਸਨ ਸਮੇਂ ਸ਼ਹਾਰ ਸਾਧੂ ਪੀਵਨ ਹਾਰ ਬਣ ਪਵ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਤੋਂ ਮਨ ਲੋਚਨਾ ਕਰਮ ਮਲਾਵਣ ਹਾਰ ਜਿਨ ਸਕੀਏ ਪ੍ਰਭ ਪਾਇਆ ਹੋ ਤਿਨ ਕੇ ਸਦਵਲ ਹਾਰ ਨਾਨਕ ਹਰ ਜੀ ਮਿਆ ਕਰ ਸਬਦ ਸਵਾਰਨ ਹਾਰ ਸਾਵਣ ਦਿਨਾ ਸੁਹਾਵਣੀ ਤਿਲ ਹਮ ਨਾਮ ਉਰਤਾਰ ਹੁਣ ਪਿਆਰਿਓ ਸਾਵਣੇ ਮਹੀਨੇ ਦਾ ਮਹਾਤਮ ਦੱਸਿਆ। ਸਾਵਣ ਸਰਸੀ ਕਾਮਣੀ ਉਹ ਇਸਤਰੀ, ਇਹ ਆਤਮਾ ਇਸਤਰੀ ਹੈ, ਇੱਕੋ ਪੁਰਖ ਹੈ, ਬਾਕੀ ਸਾਰੇ ਜੀ ਇਸਤਰੀ ਹੈ। ਆਤਮਾ ਪਰਮਾਤਮਾ ਪਤੀ ਹੈ, ਆਤਮਾ ਔਰਤ ਹੈ, ਇਸਤਰੀ ਪ੍ਰੇਮ ਰਸ ਵਾਲੀ ਹੈ, ਜੋ ਗੁਰਮੁਖ ਜੀਵ ਆਤਮਾ ਨਾਮ ਜਪਣ ਵਾਲੀ ਹੈ, ਇਹ ਦੋਨੇ ਜੋੜ ਭਾਵੇਂ ਚਰਨ ਕਮਲ ਸਿਉ ਪਿਆਰ, ਇਹਦਾ ਪਿਆਰ ਪਰਮਾਤਮਾ ਦੇ ਚਰਨ ਕਮਲਾਂ ਦੇ ਨਾਲ ਹੈ। ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਉਹਦਾ ਮਨ ਤਨ ਸੱਚੇ ਆਨੰਦ ਵਿੱਚ ਰੰਗ ਹੋ ਗਿਆ। ਜਿਹੜਾ ਭਜਨ ਕਰਨ ਵਾਲਾ ਜੀਵ, ਬਾਣੀ ਪੜ੍ਹਨ ਵਾਲਾ ਜੀਵ, ਸਿਮਰਨ ਕਰਨ ਵਾਲਾ ਜੀਵ, ਉਹਨੂੰ ਹੋਰ ਕੋਈ ਆਧਾਰ ਨਹੀਂ ਹੁੰਦਾ,
ਉਹਦੇ ਘਰ ਪਰਮਾਤਮਾ ਦਾ ਨਾਮ ਹੀ ਹੈ, ਉਹਦਾ ਉਹੀ ਦੇਸ਼ ਹੈ, ਉਹਦਾ ਉਹੀ ਆਸਰਾ ਹੈ। ਦੇਖਿਆ ਰੰਗ ਕੁੜਾਵਿਆ ਜਿਸਨ ਸਮੇ ਸ਼ਾਰ, ਕਹਿੰਦੇ ਇਸ ਸੰਸਾਰ ਦੇ ਵਿਸ਼ਾ ਦਾ ਜੋ ਰੰਗ ਹੈ ਨਾ ਉਹ ਕੂੜ ਹੈ, ਉਹ ਮਤਲਬ ਝੂਠਾ ਹੈ। ਜਿਸਨ ਸਮੇ ਸ਼ਾਰ ਇਹ ਸਾਰਾ ਮਤਲਬ ਇੱਕ ਸਵਾਹ ਹੈ, ਮਿੱਟੀ ਹੈ, ਜਿਹਨੂੰ ਅਸੀਂ ਸੋਹਣਾ ਸਮਝੀ ਬੈਠੇ ਹਾਂ। ਹਗਵੰਤ ਗੁਣ ਸੁਹਾਵਣੀ ਮੇ ਸਾਧੂ ਪੀਵਣ ਹਾਰ, ਹਰਮਤ ਗੂੰਦ ਸੁਹਾਵਣੀ ਨਾਮ ਦੀ ਜਿਹੜੀ ਅਮਰਤ ਦੀ ਗੂੰਦ ਹੈ ਬਹੁਤ ਹੀ ਸੋਹਣੀ, ਬਹੁਤ ਹੀ ਗੰਦ ਜਿਹੜੀ ਮਾੜੀ ਉਹ ਮਿਲਦੀ ਕਿਵੇਂ ਹੈ, ਉਸਤਾਨਤਾ ਨਾਲ ਮਿਲ ਕੇ ਪੀਤੀ ਜਾਂਦੀ ਹੈ, ਸਾਧੂ ਦੀ ਸੰਗਤ ਵਿੱਚ ਪੀਤੀ ਜਾਂਦੀ ਹੈ। ਮੇਰੇ ਸਾਧੂ ਪੀਵਣ ਹਾਰ, ਬਣ ਕੇ ਮੈਂ ਪ੍ਰਭ ਰੰਗ ਮੌਲਿਆ ਸੁਰਤ ਪੁਰ ਕੇ ਅਪਾਰ, ਬਣ ਕੇ ਪ੍ਰਭ ਸੰਗ ਮੌਲਿਆ ਮਾਰਗ ਨਾਲ ਮਿਲ ਕੇ ਸਭ ਜੁਗੀਆਂ ਹਨ ਦਿਖਦੀਆਂ ਨੇ, ਚੰਗੀਆਂ ਵਧੀਆ ਸੋਹਣੇ ਲੱਗਦੀਆਂ ਨੇ, ਉਹ ਕਹਿੰਦਾ ਉਹ ਜੀਵ ਸਾਰਾ ਭੁੱਲ ਜਾਂਦਾ ਹੈ, ਉਹਦੇ ਮਤਲਬ ਮੋਹਿਆ ਨਹੀਂ ਜਾਂਦਾ। ਸੁਰਤ ਪੁਰ ਕੇ ਅਪਾਰ ਉਹ ਸਮਰਥ ਪਰਮਾਤਮਾ ਅਕਾਲ ਪੁਰਖ ਉਹਦੀ ਦਿਆਲਤਾ ਦਾ ਤੇ ਨਾਲ ਹੀ ਉਹਦਾ ਮਨ ਬਣਦਾ ਹੈ। ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਨਾਵਣ ਹਾਰ, ਹਰ ਮਿਲਣੇ ਨੂੰ ਮਨ ਲੋਚਦਾ ਉਹ ਗੁਰਮੁਖ ਜੀਵ ਜਿਹਦੀ ਉਹਦੀ ਭਾਵਨਾ ਹੈ, ਉਹਦਾ ਮਨ ਹੈ ਜੋ ਮਨ ਨੇ ਜੁੜਿਆ ਹੋਇਆ ਹੈ, ਉਹ ਹਰ ਦੇ ਮਿਲਣ ਨੂੰ ਹਰ ਮਿਲਦਾ ਮਨ ਚਾਹੁੰਦਾ ਰਹਿੰਦਾ ਹੈ। ਉਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਤੇਰਾ, ਇਹ ਉਹ ਬੇਨਤੀ ਸੁਣ ਲਓ ਮੇਰੇ, ਨਾਮ ਕਰ ਆਪਣੇ ਚੇਲੇ ਆਪਣੀ ਸ਼ਰਨ ਰਾਗ ਮਨਾਤੇ ਗੁਰਪ੍ਰਸਾਦ ਕਿਤੇ ਮਿਲਣੇ ਜਾਂਦੇ, ਸੁਣੋ ਕਿਤੇ ਉਹਨਾਂ ਮੇਰੇ ਬੀਤਾ ਚਰਨ ਕਮਲ ਸਿਮਰ ਜੀਤਾ, ਨਾਨਕ ਇੱਕ ਕਰੇ ਅਰਦਾਸ ਪੂਰਨ ਗੁਣਦਾਸ। ਉਹ ਜੀਵਦੀ ਇਹੀ ਭਾਵਨਾ ਹਰ ਵੇਲੇ ਉਹ ਪ੍ਰਭੂ ਦੇ ਮਤਲਬ ਦਰਸ਼ਨ ਲੋਚਦਾ ਹੈ, ਗੁਰੂ ਦਰਸ਼ਨ ਦੀ ਲੋਚਨਾ ਲੱਗੀ ਰਹਿੰਦੀ ਹੈ। ਕਰਮ ਮਲਾਵਣ ਹਾਰ, ਕਹਿੰਦੇ ਚੰਗੇ ਕਰਮਾਂ ਨਾਲ ਇਹਦੀ ਪ੍ਰਾਪਤੀ ਹੁੰਦੀ ਹੈ, ਬਿਨਾਂ ਕਰਮਾਂ ਤੋਂ ਨਹੀਂ। ਗੁਰਮੁਖੋ ਜਿਹਦੀ ਸੱਚੀ ਹੈ ਪ੍ਰਭ ਪਾਇਆ ਉਹ ਚੰਗੇ ਸਤ ਬਲਿਹਾਰ, ਜਿਹਨਾਂ ਸੱਚੀਆਂ ਨੇ ਐਸੇ ਆਪਣੇ ਪ੍ਰਮਾਤਮਾ ਨੂੰ ਪਾਇਆ ਹੈ, ਜਿਹੜਾ ਗੁਰਮੁਖ ਜੀਵਾਂ ਦੇ ਮਨ ਵਿੱਚ ਆਪਣੇ ਪ੍ਰਮਾਤਮਾ ਪ੍ਰਤੀ ਪਿਆਰ ਪੈਦਾ ਹੋਇਆ ਹੈ, ਜਿਹਨੇ ਉਸ ਪਰਮੇਸ਼ਰ ਨੂੰ ਪਾ ਲਿਆ ਹੈ, ਉਹ ਕਹਿੰਦੇ ਕਿ ਸਤ ਬਲਿਹਾਰ ਸਦਾ ਬਲਿਹਾਰ ਜਾਵਾਂ। ਨਾਨਕ ਹਰ ਜੀ ਮਿਆ ਕਰ ਸ਼ਬਦ ਸਮਾਨ ਹਾਰ, ਸਤਿ ਪਾਤਸ਼ਾਹ ਬੇਨਤੀ ਕਰਦੇ ਮਾਲਕ ਮੇਰੇ ਉੱਤੇ ਵੀ ਦਿਆਲ ਕਰ, ਮੇਰੇ ਤੇ ਵੀ ਕਿਰਪਾ ਕਰਦੇ ਜਿੱਦਾਂ ਉਹਨਾਂ ਜੀਵਾਂ ਨੇ ਕੀਤੀ ਹੈ ਜਿਹੜੇ ਤੇਰੇ ਨਾਮ ਦੇ ਰਹੇ ਸੀ ਬਣ ਗਏ, ਆਪਣੇ ਸ਼ਬਦ ਮੈਨੂੰ ਜੋੜ ਲੈ, ਆਪਣੇ ਨਾਮ ਨਾਲ ਜੋੜ ਲੈ। ਸਾਵਣ ਕਿੰਨਾ ਸੁਹਾਵਣੀ, ਸਾਵਣ ਕਿੰਨਾ ਕਿਹੜਾ ਸੁਹਾਵਣਾ ਬਈ ਜਿਹੜਾ ਰਾਮ ਨਾਮ ਉਰਧਾਰ, ਜਿਹਨਾਂ ਦੇ ਗਲ ਚ ਜਿਹਨਾਂ ਨੇ ਰਾਮ ਨਾਮ ਦੀ ਹਾਰ ਪਾ ਲਿਆ ਹੈ, ਰਾਮ ਨਾਮ ਦੀ ਮਾਲਾ ਪਾ ਲਈ ਹੈ,
ਸਾਵਣ ਦਾ ਮਹੀਨਾ ਬਹੁਤ ਹੀ ਸੁਹਾਵਣਾ ਹੈ। ਸੁਗੁਰ ਪਿਆਰਿਓ, ਇਹ ਜੋ ਸਾਵਣ ਮਹੀਨਾ ਚੜਿਆ ਹੈ ਨਾ, ਉਹਦਾ ਮਹੱਤਵ ਹੈ। ਮਹਾਂਪੁਰਸ਼ਾਂ ਨੇ ਇਹ ਬਾਣੀ ਨਾਲ ਜੋੜਿਆ ਹੈ, ਨਾਮ ਨਾਲ ਜੋੜਿਆ ਹੈ। ਇਸ ਕਰਕੇ ਮੈਨੂੰ ਕਹੋ, ਪਰਮਾਤਮਾ ਦਾ ਭਜਨ ਦੇ ਬਿਨਾਂ ਹੋਰ ਕੋਈ ਚੀਜ਼ ਨਹੀਂ ਹੈ। ਭਜਨ ਮੈਨੂੰ ਛੁਟਕਾਰਾ ਨਹੀਂ ਹੈਗਾ। ਤੁਸੀਂ ਕਹਿ ਨਾਮ ਨਾਲ ਜੁੜਿਆ ਕਰੋ, ਭਜਨਾ ਕਰਿਆ ਕਰੋ। ਸੋ ਇਹ ਕੰਮ ਅੱਗੇ ਚੱਲਦੇ ਰਹਿਣੇ ਹੈ। ਮੈਂ ਸਾਰਾ ਕੁਝ ਬਣਾ ਕੇ ਜਾਵਾਂ, ਸਾਰਾ ਕੁਝ ਬਣਾ ਕੇ ਜਾਵਾਂ, ਬਣਨਾ ਬੁਣਨਾ ਫਿਰ ਕੁਛ ਨਹੀਂ ਹੈ। ਆਪਣਾ ਕੁਝ ਬਣਨਾ ਨਹੀਂ, ਤੂੰ ਉਹਦਾ ਬਣਾਉਣ ਲੱਗੇ ਦੇ ਹੋ, ਆਪ ਖਾਲੀ ਚਲੇ ਜਾਣਾ। ਇਸ ਕਰਕੇ ਆਪਣਾ ਨਾਮ ਤਾਂ ਲੈਣਾ ਹੈ। ਇਹਦੇ ਬਾਅਦ ਪਹਿਲਾਂ ਦੱਸਿਆ, ਇੱਕ ਬੰਦੇ ਦਾ ਪੈਸਾ ਦੇਣਾ, ਇੱਥੇ ਵੱਡੇ ਤਰ ਜਾਣਾ, ਸਾਰਾ ਦਿਨ ਮੈਂ ਕਰੋ ਕੰਮ ਕਰ, ਉਹ ਰਾਤ ਨੂੰ ਲੋਕ ਹੀ ਭਜਨ ਕਰੋ, ਜੋੜ ਕਿਆ ਲੱਗਦਾ? ਇੰਨਾ ਤਾਂ ਕਰ ਸਕਦੇ ਹਾਂ ਨਾ। ਇਹ ਸੌਖਾ ਕੰਮ ਇਸ ਗੱਲ ਤੇ ਹੁੰਦਾ ਨਹੀਂ ਹੈ। ਇਹ ਕਹਿੰਦੇ ਨਾਮ ਜਪੋ, ਬੰਦਗੀ ਕਰੋ, ਭਜਨ ਕਰੋ। ਤੁਹਾਡੇ ਮਨ ਵਿੱਚ ਅੜੀਏ ਨਾਮ ਦੀ ਭੁੱਖ ਹੋਣੀ ਚਾਹੀਦੀ ਹੈ। ਸਦੇ ਰਾਜ ਨਿਤ ਨੇਮ ਨਹੀਂ ਹੋਇਆ, ਅੱਜ ਭਜਦੇ ਬੈਠ ਨਹੀਂ ਹੋਇਆ, ਤੇ ਮਨ ਵਿੱਚ ਇਹ ਵੀ ਵਿਚਾਰ ਕਰਿਆ ਕਰੋ, ਇਹਦੇ ਵਿੱਚ ਮੈਨੂੰ ਆਹ ਘਾਟਾ ਪੈ ਗਿਆ, ਆਹ ਘਾਟਾ ਪੈ ਗਿਆ। ਕਦੇ ਸੋਚਿਆ ਸਾਨੂੰ ਜ਼ਿੰਦਗੀ ਦਾ ਘਾਟਾ ਪੈ ਰਿਹਾ ਜੇ ਅਸੀਂ ਭਜਨ ਨਹੀਂ ਕਰਦੇ, ਨਾਮ ਨਾਲ ਨਹੀਂ ਜੁੜਦੇ? ਇਸ ਕਰਕੇ ਗੁਰੂ ਪਿਆਰੇ ਹੋ, ਜਿਹਨਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈਆਂ ਹੈ, ਉਹਨਾਂ ਨੂੰ ਨਮਸਕਾਰ ਹੁੰਦੀਆਂ। ਤੁਹਾਨੂੰ ਤੁਹਾਨੂੰ ਪੂਜਨ ਹੈਗੀ ਹੈ ਮਾਮਾ, ਇਹਨਾਂ ਦੇ ਪੂਜਨ ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਜੈਸਾ, ਤੇਰਾ ਨਾਮ ਜੈਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਜੈਸਾ, ਤੇਰਾ ਨਾਮ ਜੈਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਜੈਸਾ, ਤੇਰਾ ਨਾਮ ਜੈਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਜੈਸਾ, ਤੇਰਾ ਨਾਮ ਜੈਸਾ, ਨਾਗ ਪਾਪੀ ਤਾਰ ਗਏ ਜੀ, ਨਾਮ ਐਸਾ, ਤੇਰਾ ਨਾਮ ਐਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਐਸਾ, ਤੇਰਾ ਨਾਮ ਐਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਐਸਾ, ਤੇਰਾ ਨਾਮ ਐਸਾ, ਨਾਗ ਪਾਪੀ ਤਾਰ ਗਏ ਜੀ, ਤੇਰਾ ਨਾਮ ਐਸਾ, ਤੇਰਾ ਨਾਮ ਐਸਾ, ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ, ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ,
सुंदर नाम को नाम का पुजारिया ऐसे सुंदर
धन है धन है धन है तेरे भक्त किनारे तुम।
ਤੁਸੀਂ ਕਹਿੰਦੇ ਰਘੁਵੀਰ ਮੇਰੇ ਸਮਾਨ ਦੀਨ
ਸਿਵਾ ਤੇਰੇ ਵਰਗਾ ਹੱਥਕਾਰੀ ਕੋਈ ਨਹੀਂ ਹੈ। ਇਹ ਰਾਮ ਜੀ ਐਸਾ ਵਿਚਾਰ ਕੇ ਤੁਸੀਂ ਮੇਰੇ ਹਿਰਦੇ ਦੀ ਪੀੜਾ ਨੂੰ ਦੂਰ ਕਰੋ ਮਹਾਰਾਜ। ਤੂੰ ਜਾਲੀ ਹੋ, ਕਿਰਪਾਲੀ ਹੋ, ਮੈਂ ਪਾਪੀ ਅਪਰਾਧੀ ਹਾਂ, ਉਹਨਾਂ ਕੀਤੀ ਹੈ। ਉਹ ਤੇਰੇ ਜਿਹਾ ਰਾਮ ਦੀ ਹਲੂ ਸੱਚੇ ਪਾਪੀ ਜਾ ਤੇਰੇ ਜਿਹਾ ਪਾਪੀ ਕੋਈ ਨਾ ਤੇਰੇ ਜਿਹਾ ਰਾਮ ਦੀ ਹਲੂ ਸੱਚੇ ਪਾਪੀ ਜਾ ਤੇਰੇ ਜਿਹਾ ਪਾਪੀ ਕੋਈ ਨਾ ਤੇਰੇ ਜਿਹਾ ਰਾਮ ਦੀ ਹਲੂ ਸੱਚੇ ਪਾਪੀ ਜਾ ਤੇਰੇ ਜਿਹਾ ਪਾਪੀ ਕੋਈ ਨਾ ਮਹਾਰਾਜ ਮੇਰੀ ਹੈ ਮੈਨੂੰ ਜੀ ਪ੍ਰਾਣ ਆਉਣੇ ਪਿਆਰੇ ਲੱਗਦੇ ਹੋ।
ਲੋਕ ਜਤ ਪੁਰਬ ਪੁਣਾ ਕਰਤਾ ਸੁਖ ਬਿਨਾ ਸ਼ੀਸ਼ ਮੁਨਾ ਦੁਰਗਮ ਜਿਹੀ ਮਤ ਹਾਮ ਪੰਜਾਬ ਚ ਭਗਤ ਕ੍ਰਿਸ਼ ਪ੍ਰਾਪਤ ਹੈ ਤੂੰ ਰਮੈਣਮ ਭਗਤ ਬਾਬੂ ਨਾਥ ਨਾਮ ਰਤਾ ਸੰਤੇ ਸੰਤੇ ਸ਼ਾਂਤ ਆਸ਼ਾ ਮਤ ਵਿੱਚ ਕਾਰ ਤੁਲਸੀ ਦਾਸ ਸਤ ਬ੍ਰਹਮਾਨ ਸਮ ਜੋ ਪੁਨਿਉ ਪਾਵਰ ਉਸਦਾ ਸ਼ਿਵਗਰਮ ਗਿਆਨ ਭਗਤ ਬਰਨਮ ਮਾਇਆ ਮੋਹਨਮ ਪੈਸਵੇ ਮਲਬ ਹਿਮਾ ਗੋਰ ਵਸਨਮ ਇਹ ਮਦਾਮ ਵਰਤ ਤੇ ਮਾਨਸ ਇਹ ਵਗਦੇ ਗਾਵੇ ਨਿਤਜੇ ਇਸ ਜਾਗਤ ਤੰਗ ਕੋ ਇਨ ਦੀਨ ਹਤਨੋ ਮਾਨਵਾ ਕਥਾ ਬਸਰ ਜਨ ਹੋ ਤੁਰੈ ਸੁਨੋ ਵੀਰ ਹਨੁਮਾਨ ਰਾਮ ਚੰਦਰ ਹਰਿ ਜਾਨਕੀ ਸਦਾ ਕਰੇ ਕਰਿਆਨ ਸਿਆਰ ਨਾਮ ਜੈ ਮੇਰੇ ਮਨ ਵਸਿਓ ਸੀਤਾ ਸ਼੍ਰੀ ਰਮਣ ਜੀ ਕੀ ਕੀਰਤ ਕਲਤ ਲਲਤ ਸਿਆ ਪੀ 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 ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਕਾਵਤ ਬ੍ਰਹਮਾ ਨਗ ਮੁਨ ਮਾਰਸ ਪਾਲਕੀ ਕਬ ਗਿਆਨ ਬਿਸਾਰਤ ਸੁਖ ਸੰਗ ਕਾਦ ਸੇ ਅਨਸਾਰ ਪਰਨ ਪਾਵਨ ਸੁਤ ਕੀਰਤ ਨੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਕਾਮਤ ਵੇਦ ਪੁਰਾਣੇ ਆਸ਼ਦਾ ਸ਼ੇਸ਼ਾਸਤ੍ਰ ਸਭ ਗ੍ਰੰਥਨ ਕੋਰਾ ਹੁਣ ਜਨ ਧਨ ਸਨ ਤਨ ਕੋ ਸਰਵ ਸਾਰੇ ਅੰਸ਼ ਸੰਮਤ ਸਭ ਹੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਵਤ ਸੰਤਨ ਸ਼ੰਭੂ ਭਵਾਨੀ ਅਰਗਟ ਸੰਭਵ ਗੁਣ ਬਖਿਆਨੀ ਵਿਆਸ ਆਦਿ ਕਬ ਵਰਜ ਵਖਾਨੀ ਆਗ ਬਸੁਣ ਗੜ ਕੇ ਹੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਅਲਮਲ ਹਰਨੁਮ ਵਿਸੇ ਰਸ ਵੀ ਕੀ ਸੁਭਗ ਸੰਘਾਰ ਮੁਕਤੀ ਜੁਭ ਜੀ ਕੀ ਕਰਨ ਰੋਗ ਬਾਪ ਮੂਰਤ ਮੀ ਕੀ ਆਪ ਮਾਤ ਸਭ ਬਿਜ ਤੁਲਸੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਆਰਤੀ ਸ਼੍ਰੀ ਰਮਾਇਣ ਜੀ ਕੀ ਕੀਰਤ ਲਲਤ ਜਲਤ ਸਿਆ ਪੀ ਕੀ ਕੀਰਤ ਕਲਤ ਲਲਤ ਸਿਆ ਪੀ ਕੀ ਕੀਰਤ ਕਲਤ ਲਲਤ ਸਿਆ ਪੀ ਕੀ ਕੀਰਤ ਕਲਤ ਲਲਤ ਸਿਆ ਪੀ ਕੀ ਆਰਤੀ ਸ਼੍ਰੀ ਰਮਾਇਣ ਜੀ 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 ਕੀ ਹੋਰ ਸੀ ਆਪਣੇ ਨਾਮ ਚਰਾਜ ਕੀ ਜੈ।
ਮਾਤਾ ਟੇਕ ਦੇ ਮਹਾਰਾਜ ਤੇਰੀਆਂ ਪਿਆਰੀਆਂ, ਮਾਤਾ ਟੇਕ ਦੇ ਮਹਾਰਾਜ ਤੇਰੀਆਂ ਪਿਆਰੀਆਂ। ਪਿਆਰਿਆ ਤੂੰ ਮੈਂ ਭਗਤਾਂ ਸਾਰਿਆਂ ਨੂੰ, ਤੇਰਿਆ ਪਿਆਰਿਆ ਤੂੰ ਮੈਂ
Yeah.
ਰਵਦਗਾ ਦਾ ਧੰਨਵਾਦ ਹੈ, ਸੇਵਾਦਾਰਾਂ ਦਾ ਧੰਨਵਾਦ ਹੈ, ਔਰ ਨਗਰ ਬੇੜੇ ਕਟਵਾਲੀ ਸਭ ਸੰਗਤਾਂ ਦਾ ਧੰਨਵਾਦ। ਤੁਸੀਂ ਗਾਏ ਵਗਾਏ ਆਪਣੇ ਸਮਾਂ ਕੱਢ ਕੇ ਇੱਥੇ ਪਹੁੰਚ ਰਹੇ ਹੋ, ਤੁਹਾਡਾ ਜੀ ਚਿਆਣਾ ਸਾਡੀ ਸਿਰਮਤ ਦੇ ਪਰਮ ਦਾ ਪਰਮਾਤਮਾ ਤੁਹਾਡੇ ਕਾਰਜ ਸਵਾਰੇ ਤੇ ਘਰ ਵੈਸੂ ਹਰ ਪਿਆਰੇ ਸਤਿਗੁਰ ਤੁਹਾਡੇ ਕਾਰਜ ਸਵਾਰੇ ਕੁਛ ਦੂਰ ਪਰਮੇਸ਼ਰ ਮਾਰੇ ਤਨ ਕੀ ਪੈਰ ਤੇ ਕੀ ਕਰਤਾਰੇ ਗੁਰੂ ਪਿਆਰੇ ਬੜਾ ਸੱਚਾ ਪਾਤਸ਼ਾਹ ਸਭਨਾਂ ਦੇ ਕਾਰਜ ਵੀ ਸੰਪੂਰਨ ਕਰੇ ਔਰ ਤੁਹਾਡੇ ਮਨ ਵਿੱਚ ਹਮੇਸ਼ਾ ਗੁਰੂ ਦੀ ਯਾਦ ਆਉਂਦੀ ਰਹੇ। ਤੁਸੀਂ ਨਾਵਾਂ ਜੁੜੇ ਕਹੋ ਕਿ ਉਹ ਕਾਮਨਾ ਕਰਦਾ ਹਿਮਾ ਜਾਚਕਾ ਕਦੇ ਕਿ ਰੱਖੋ।